तेल की है और चेकिंग हो रही है इसकी। अब दूध पी के चेक किया जा रहा है, थोड़ा सा साइड 2:25। ओके हो गया जी, 2:25 ये सेल की थी जी। एक लिया के बेची है भी? ये इतों ली जा के बेच रहे, ਇੱਥੇ ਵੇਚਣ ਵਾਸਤੇ ਲਈ ਹੈ। ਇਹਦਾ ਕੀ ਮੁੱਲ ਕਰ ਰਿਹਾ ਜੀ? ਇਹਦਾ 2:25 ਦਾ। ਇਹਦਾ ਵੀ 2:25 ਫਾਈਨਲ ਜਾਂ ਹੋ ਜਾਏਗੀ ਪਿਆਰ ਮੁਹੱਬਤ ਦੀ। ਇਹਦੇ ਥੱਲੇ ਦੁੱਧ ਕਿੰਨਾ ਕਾ? 2 ਟਾਈਮਾਂ ਦਾ 12 ਕਿਲੋ। ਇਹਦਾ ਵੀ 12 ਕਿਲੋ। 12 ਵੈੜ ਇਹ ਵੀ ਚੰਗੀ ਭਾਰੀ ਹੈ। ਹਾਂਜੀ ਭਾਰੀ ਨਸਲ ਬਹੁਤ ਚੰਗੀ, ਨਸਲ ਚੰਗੀ ਹੈ। ਹਾਂਜੀ ਆਪਣਾ ਜਾਨਵਰ ਚੰਗਾ ਹੁੰਦਾ, ਰੇਟ ਮੁਨਾਸਬ ਗੁੱਡ ਹੋ ਗਿਆ। ਅਤੇ ਹੋਰ ਵੀ ਕਿਹੜਾ ਜਾਨਵਰ ਆਪਣਾ? ਅੱਗੇ ਖੜ੍ਹੇ ਨੇ ਸਿਆਹੀਵਾਲ ਵੈੜ ਹੈ। ਇਹਦਾ ਕੀ ਕਰ ਰਿਹਾ ਮੁੱਲ? ਇਹਦਾ ਮੁੱਲ ਕੀ ਕਰ ਰਿਹਾ? ਇਹਦਾ 2:20 ਦਾ। 2:20 ਦੁੱਧ ਕਿੰਨਾ ਕਰੇਗੀ? ਦੁੱਧ ਦੇਣ ਥੱਲੇ ਅਗਰ ਜੈਨਮਨ ਪੱਕਾ 10 ਕਿਲੋ, ਕੱਚੀ ਸੂਈ ਹੈ, ਤਾਜ਼ੀ ਸੂਈ ਹੈ, ਥੱਲੇ ਬੱਚਾ, ਥੱਲੇ ਬੱਚਾ 2:20। ਹਾਂਜੀ 2:20 ਹੋ ਗਿਆ ਵੈੜ। ਦੂਸਰਾ ਵਾਲਾ ਨੰਬਰ ਸ਼ੰਬਰ ਬੋਲ ਦੁਬਾਰਾ ਆਪਣਾ। 0308 8 255 10 70। 255 10 70 ਆਹ ਆਲੀ ਵੀ ਦੇ ਰਹੀ ਹੈ। ਇਹਦਾ ਕੀ ਭਾਅ? ਇਹਦਾ ਕੀ ਮੁੱਲ? ਬੱਚਾ ਹੈਗਾ? ਬੱਚਾ ਨਾ ਬੱਚਾ ਹੈਗਾ ਜੀ। ਬੱਚਾ ਦੁੱਧ ਕਿੰਨਾ ਦੇ ਰਹੀ ਹੈ? ਦੁੱਧ ਦੇ ਰਹੇਗਾ 13 ਕਿਲੋ। 13 ਕਿਲੋ 13 ਅਗਰੇ ਦੇ ਬੱਚੀ ਹੈ, 13 ਕਿਲੋ ਦੁੱਧ। 1,95,000 ਹੈ। ਹੋਰ ਆਪਣਾ ਡੇਰੇ ਦੇ ਵੀ ਖੜੀਆਂ? ਡੇਰੇ ਦੇ ਜਾਨਵਰ ਆਪਣੇ ਕੋਲ 10-15 ਖੜੇ ਨੇ। ਯਾਨੀ ਕਿ ਚੰਗੇ ਜਾਨਵਰ? ਚੰਗੇ ਜਾਨਵਰ ਉੱਥੇ ਨੇ ਜਿਹੜੇ ਹਲਕੇ ਸਾਨੂੰ ਮੰਡੀ 'ਤੇ ਪਾਉਂਦੇ। ਉਹ ਮੰਡੀ 'ਤੇ ਪਾ? ਹਾਂਜੀ। ਅੱਛਾ, ਯਾਨੀ ਕਿ ਜਿਹੜਾ ਹਲਕਾ ਨਿਕਲ ਆਵੇ ਮੰਡੀ? ਹਾਂਜੀ, ਹਲਕਾ ਜਾਨਵਰ ਅਸੀਂ ਮੰਡੀ ਪਾਉਂਦੇ ਹਾਂ, ਚੰਗਾ ਜਾਨਵਰ ਚਾਰਦੇ। ਚੰਗਾ ਕਰ। ਚਲੋ ਠੀਕ ਹੋ ਗਿਆ, ਨੰਬਰ ਆ ਗਿਆ ਜੇ ਨੰਬਰ ਆ ਗਿਆ। ਇਮਤਿਆਜ਼ ਭਾਈ ਕੀ ਹਾਲ ਚਾਲ ਨੇ? ਕੋਈ ਸ਼ੱਕ ਨੀ, ਟੈਗ ਲਾ ਲਓ ਤੇ ਮਹਿੰਗੀ ਹੈ ਭਾਈ ਫਾਰਮ ਦਾ। ਬੜੀ ਵੱਡੀ ਗਾਂ ਜੀ, ਮਾਸ਼ਾਅੱਲਾ। ਕੀ ਮੁੱਲ ਛੁੱਲ ਕਰ ਰਿਹਾ ਜੇ? 5 ਲੱਖ। ਯਾਨੀ ਕਿ ਚੁਆਈ ਦਿਓਗੇ 18-19 ਕਿਲੋ ਦੀ? ਹੈ ਹਾਂਜੀ, 2 ਟਾਈਮ ਚੁਆਈ ਕਰੇ, 3 ਟਾਈਮ ਕਰੇ, ਗਰੰਟੀ ਨਾਲ। ਗਰੰਟੀ ਅਠਾਰਾਂ ਉੱਨੀ ਕਿਲੋ 5 ਲੱਖ। ਨਹੀਂ ਬੜੀ ਹਾਈਟ ਵੀ ਬੜੀ ਆ, ਉੱਚੀ ਵੀ ਆ ਅਤੇ ਲੰਮੀ ਵੀ ਆ। ਅੱਛਾ, 4 ਦੰਦ ਜੀ, 5 ਲੱਖ ਡਿਮਾਂਡ ਆ। ਸੋਹਣੀ ਵੈੜ। ਨੰਬਰ ਛਾ ਨੰਬਰ ਬਣਾ, ਨੰਬਰ ਬੋਲ ਤਾ। 0340-0439-2915-2915। ਨਹੀਂ ਜੀ, ਇਹ ਬਹਿ ਕੇ ਬਣਾਉਣ ਵਾਲੀ ਨਹੀਂ, ਖੜ੍ਹੇ ਹੋ ਕੇ ਮਾਸ਼ਾਅੱਲਾ ਆ ਰਹੀ ਪੂਰੀ ਬੜੀ ਗੱਲ ਆ। ਵੱਡੀ ਵੈੜ ਲੁੱਡਣ ਆ ਨਾ ਆਪਣੀ ਲੋਕੇਸ਼ਨ। ਵੈੜ ਵਾਕਈ ਚੰਗੀ ਆ। ਹੋਰ ਵੀ ਕੋਈ ਜਾਨਵਰ ਹੈਗਾ? ਵੇਚਦੇ ਸ਼ਹਿਜ਼ਾਦਾ ਡੇਰੇ ਦੇ ਖੜੇ ਪਿੱਛੇ? ਹਾਂ ਡੇਰੇ ਦੇ ਖੜੋ ਤਾਂ ਉੱਥੇ ਗਾ ਕਾਂ ਉੱਥੇ ਵਿੱਚ। ਸੋਹਣੀ ਗਾਂ ਮਾਸ਼ਾਅੱਲਾ, ਵੇਲ ਲੈਂਥ ਚੰਗੀ ਹੈ। ਚਲੋ ਠੀਕ ਹੋ ਗਿਆ ਇਮਤਿਆਜ਼ ਵੀ।